ਤੁਸੀਂ ਵੀ ਨਾਲ ਹੋ ਜਾਓ। ਹਾਂ ਪੈਂਦਾ ਕਿ ਨਹੀਂ? ਵਾਹ ਜੀ ਵਾਹ, ਕਮਾਲ ਦਾ ਜਾਨਵਰ ਜੀ। ਨਾਂ ਦੱਸਿਆ ਜੀ ਹੁਣ ਜੀ ਮਾਲਕ ਦਾ ਵੀ? ਤੇ ਅਲੀ ਰਜ਼ਾਕ ਕੰਗ ਸਾਹਿਬ ਜੀ, ਚਿਕੋੜਾ ਮੰਡੀ ਬਾਬਲਦੀਨ, ਹਾਲ ਮੁਕੀਮ ਕਵੇਤ ਜੀ, ਉਹਨਾਂ ਦਾ ਜਾਨਵਰ ਹੈ। ਅਤੇ ਪਹਿਲਾ ਇਹਦਾ ਮੈਚ ਹੈ ਜੀ, ਕਮਾਲ ਦਾ ਜਾਨਵਰ ਹੈ। ਔਰ ਪਾਕ ਫਰੈਂਡ ਗਰੁੱਪ ਅਫਸਾਬਾਦ ਉਹਨਾਂ ਦੀ ਤਰਫੋਂ। ਥੋੜ੍ਹਾ ਐਕਟਿਵ ਹੋਏ ਇੱਥੇ, ਕਮਾਲ ਹੈ ਜੀ। ਉਹ ਲਓ ਜੀ, ਲਓ ਜੀ, ਇਹ ਸਾਰੇ ਜੀ ਨੇ। ਕੀ ਨਾਂ ਤੁਹਾਡਾ? ਅਸਰ ਤਾਰੜ ਸਾਹਿਬ ਜਨਾਬ, ਜਾਨਵਰ ਲੈ ਕੇ ਆਏ ਨੇ, ਬੜਾ ਹੀ ਕਮਾਲ ਦਾ ਜਾਨਵਰ ਹੈ ਜੀ। ਆਇਓ ਚਕੋੜਾ ਕਿਹੜੀ ਜਗ੍ਹਾ 'ਤੇ? ਹਾਂ ਅੱਛਾ ਅੱਛਾ, ਇੱਥੇ ਮੰਡੀ ਜੀ ਹੈ। ਵਾਹ ਜੀ ਵਾਹ, ਅਤੇ ਕਿਹੜੀ ਬਲੱਡ ਲੈਣੀ ਚਾਹੀਦੀ? ਮੈਚ ਲੜੇ ਆ? ਪਹਿਲਾ ਮੈਚ ਫਿਕਸ ਹੋਇਆ? ਅੱਛਾ ਅੱਛਾ, ਨਾਂ ਕੀ ਜਾਨਵਰ ਦਾ? ਬਰਛਾ ਜੀ ਜਾਨਵਰ ਦਾ ਨਾਂ ਜੀ, ਬੜਾ ਖੂਬਸੂਰਤ ਜਾਨਵਰ, 31 ਹੈ, ਸੋਹਣਾ ਜਾਨਵਰ ਹੈ ਜੀ ਬਰਛਾ। ਅਤੇ ਤਪਣੀਆਂ ਹੋਇਆ ਮੈਚ ਪਹਿਲਾਂ? ਅੱਛਾ ਅੱਛਾ, ਨਹੀਂ ਨਸਲ ਤਾਂ ਬਰੀਕੀਆਂ ਤਾਂ ਪੂਰੀਆਂ ਨੇ ਜਾਨਵਰ ਦੀਆਂ। ਕਿਹੜਿਆਂ ਕੁੱਤਿਆਂ 'ਚੋਂ ਹੈ? ਨਹੀਂ ਐਤ ਪੂਰੀਆਂ ਨਵੇਂ। ਅੱਛਾ ਨਾ ਪੁੱਤਰ ਹੈ ਪਵੀ ਨਾ, ਮੈਂ ਕਿਹਾ ਜਰਾ ਸੂਰਜ ਹੈ ਨਾ ਤਾਂ। ਵਾਹ ਜੀ ਵਾਹ, ਸੋਹਣਾ ਜਾਨਵਰ ਜੀ ਯਾਰ, ਖਿਆਲ ਕਰ, ਮਹਿਮਾਨਾਂ ਦਾ ਖਿਆਲ ਕਰ ਯਾਰ। ਨਹੀਂ ਜੀ ਜਾਨਵਰ ਸੋਹਣਾ ਮਾਸ਼ਾਅੱਲਾ। ਤੁਹਾਡਾ ਕੀ ਨਾਂ ਹੈ? ਆਬਦ ਹੁਸੈਨ ਸਾਹਿਬ ਜੀ, ਪਹਿਲਾ ਮੈਚ ਹੈ ਜੀ, ਬੜੇ ਲਪਰੇ ਖਾਨ, ਬੜੀ ਖੂਬਸੂਰਤੀ ਜਾਨਵਰ ਹੈ ਜੀ। 31 ਜਾਨਵਰ ਦਾ ਹਾਈਟ ਹੈ, ਮੈਂ ਉੱਚੀ ਜਗ੍ਹਾ 'ਤੇ ਖੜ੍ਹੇ ਹਾਂ, ਜਾਨਵਰ ਨੀਵੀਂ ਜਗ੍ਹਾ 'ਤੇ ਖੜ੍ਹੇ ਆ। ਤੁਹਾਡਾ ਕੀ ਨਾਂ ਸਰ? ਮੇਰਾ ਨਾਂ ਸਿਕੰਦਰ। ਸਿਕੰਦਰ ਸਾਹਿਬ ਜੀ, ਇਹ ਜਾਨਵਰ ਲੈ ਕੇ ਆਏ ਨੇ ਜੀ। ਵਾਹ ਜੀ ਵਾਹ, ਕਮਾਲ ਹੈ। ਉਹ ਨਾ ਪੁੱਤਰ, ਲਓ ਜੀ ਜਾਨਵਰ ਪਸੰਦ ਆਵੇ ਕਮੈਂਟ 'ਚ ਜ਼ਰੂਰ ਦੱਸੋ ਜਨਾਬ, ਕਿ ਮੰਡੀ ਬਾਬਲ ਜੀ ਨਾਲ ਸ਼ੌਕ ਸ਼ਿਕਾਰ ਕਰਦੇ। ਅਤੇ ਇਹ ਜਾਨਵਰ ਨਾਂ ਕੀ ਦੱਸਿਆ? ਬਰਛਾ ਜਾਨਵਰ ਕੈਸਾ ਜੀ? ਅਤੇ ਛੋਟੀ ਜੀ ਰਿਕੁਐਸਟ ਵੀ ਹੁੰਦੀ ਹੈ ਤਕਰੀਬਨ ਹਰ ਵੀਡੀਓ 'ਚ, ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਗੈਰ ਜਾਂਦੇ ਹੋ ਜੀ, ਕੰਜੂਸੀ ਕਰ ਜਾਂਦੇ ਹੋ ਭਰਾਵੋ ਸਾਰੇ ਹੋ। ਅਤੇ ਇਹਨੂੰ ਸਬਸਕ੍ਰਾਈਬ ਵੀ ਕਰੋ, ਅਤੇ ਬੈੱਲ ਦੇ ਆਈਕਨ ਨੂੰ ਵੀ ਕਲਿੱਕ ਕਰਨਾ ਨਹੀਂ ਭੁੱਲਣਾ, ਤਾਂ ਕਿ ਨੋਟੀਫਿਕੇਸ਼ਨ ਦੀ ਸੂਰਤ 'ਚ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਜਾਨਵਰ ਬੜਾ ਉਥਰਾ ਜਿਹਾ, ਅਤੇ ਅਸੀਂ ਬੜਾ ਉਹਨੂੰ ਕੱਸ ਕੇ ਫੜਿਆ, ਅਤੇ ਵੀਡੀਓ ਬਣਾ ਰਹੇ ਹਾਂ, ਬਣਵਾਉਣ ਦਾ ਉਹਦਾ ਕੋਈ ਨਹੀਂ ਦਿਲ, ਤੁਹਾਡੀ ਤਸਵੀਰ ਵਿੱਚ ਆਵੇ ਯਾਰ, ਖੜਿਆ ਸਹੀ ਹੈ ਨਾ। ਵਾਹ ਜੀ ਮਾਰ, ਨਾਂ ਕੀ ਦੱਸਿਆ ਜੀ? ਆਬਦ ਹੁਸੈਨ ਸਾਹਿਬ। ਵਾਹ ਜੀ ਵਾਹ, ਤਪਣੀਆਂ ਕਿੰਨੀਆਂ ਤਪਾਏ ਆ? ਪੰਜ ਕੁ ਤਪਣੀਆਂ ਜੀ। ਉਮਰ ਹੈ 2.5 ਕੁ ਸਾਲ? ਨਹੀਂ 2.5 ਤੇ ਨਹੀਂ, 3-3.5 ਸਾਲ। ਲੇਕਿਨ ਮੈਚ ਪਹਿਲਾਂ ਜੀ? ਮੈਚ ਪਹਿਲਾਂ ਉੱਥੋਂ ਆਏ ਆ ਇਹ, ਇੱਥੋਂ ਮਰੀਓ। ਮਰੀਓ ਜੀ, ਮੁੱਲ ਅਸਾਂ ਲਏ ਆ। ਅੱਛਾ ਜੀ, ਮਰੀਓ ਆਇਆ ਜੀ? ਮਰੀਓ ਮੁੱਲ ਲਏ ਆ। ਇਹ ਜਨਾਬ ਪਾਕਿਸਤਾਨ ਗਿਫਟ ਕੀਤੇ ਆ। ਇਹ ਜਨਾਬ ਮਰੀ ਤੋਂ ਆਇਆ ਜੀ, ਜਾਨਵਰ ਦੀ ਸ਼ਕਲ ਹੀ ਸੋਹਣੀ ਹੈ, ਨਜ਼ਰ ਆਉਂਦੀ ਪਈ ਹੈ। ਮਰੀ ਕਿਹਨਾਂ ਕੋਲ ਲਿਆਂਦਾ ਜੇ? ਮਰੀ ਸਾਡੇ ਯਾਰ ਨੇ ਸਾਰੇ। ਮਰੀ ਤਾਂ ਨਹੀਂ ਆ, ਅਫਜ਼ਲ ਖਾਨ ਹੈ ਉੱਥੇ, ਉਹਦੇ ਕੋਲ ਆਇਆ ਮਰੀ ਨਾਲ ਨਾ। 12 ਕੋਹ 12 ਕੋਹ ਜੀ, ਠੀਕ ਹੋ ਗਿਆ। ਨਹੀਂ ਜਾਨਵਰ ਸੋਹਣਾ ਜੀ, ਜਿੰਨਾ ਹੈ ਨਾ ਜਾਨਵਰ ਦੀ ਨਸਲ 'ਚ ਕੋਈ ਸ਼ੱਕ ਨਹੀਂ। ਅਤੇ ਜਿਹੜੇ ਇਹਦੇ ਚਾਲ ਚੱਲਣ ਨੇ ਉਹ ਵੀ ਸਿਆਲ ਡੇਲੀ ਬਲਾਗ, ਜਿਹੜੇ ਇਹਦੇ ਚਾਲ ਚੱਲਣ ਨੇ ਉਹ ਵੀ ਚੰਗੇ ਨੇ। ਤੁਹਾਡਾ ਕੀ ਨਾਮ ਸਰ? ਅਸਰ ਤਾਰੜ ਸਾਹਿਬ ਜੀ। ਜਨਾਬ ਇਹ ਜਾਨਵਰ ਲੈ ਕੇ ਆਏ ਨੇ ਜਨਾਬ ਕਾਲੂ ਪਿੰਡੀ ਨਹਿਰੋਂ ਪਾਰ, ਅਤੇ ਬੜੇ ਅੱਛੇ ਸ਼ਿਕਾਰੀ ਨੇ ਜੀ, ਬੜਾ ਅੱਛਾ ਜਾਨਵਰ ਵੀ ਇਹਨਾਂ ਦਾ ਜੀ,
है जिन्ना है ना उन्ना अथरा है, कन किसे सोने बड़े ने रह सही। ये आया पंजाब ले होना है उधर गया तू बारह को वो असम्बली डैम वाले पास किधरे पिंड बेगोवाल है। अच्छा ठीक है ते बजिया बजिया नहीं अपने आप नहीं खिलौंदा लो जी। अच्छा जानवर है जी पसंद आवे कमेंट से जरूर दसो जी के मंडी बावल दीन वाले का शौक शिकार कैसा है जी ते केड़े ग्रुप वालों है आप समाज ग्रुप वालों आप समाज फ्रेंड ग्रुप की तरफों जी है ग्राउंड इतनी आ रहे रेडी नुआन ले जा रहे हैं। अगली वीडियो में फिर हाजिर होवांगे जी अल्लाह हाफिज़।